ये बता दे चोरी दिल की कर टूट रहे हो शायरी में कुछ ना कुछ तो दर्द है वही हो जाना छोटी उम्र दिल लगा ले बंदा अच्छा आ, बस दुनियादारी में उलझ जा सब वही हो गया था बस एक टाइम अच्छा अच्छा कुछ जान दो जी एक खतरनाक सी ਮਖੋਪਰ ਵਾਲਾ ਵੀ ਰੁੱਸਿਆ ਬੈਠਾ ਮਰਤੇ ਅਕਮ ਨੇ ਉਸकी ਜਗਾ ਤਿਰਤੇ ਦੇ ਰੱਖੀ ਦੀ ਤੇਰੀਆਂ ਮਹਾਰ ਤੇਰੀ ਨਮਾ ਨਾ ਰੱਖੀ ਦੀ ਫੇਰ ਵੀ ਤਨੇ ਮਾਰੇ ਪਿਆਰ ਕੀ ਕਦਰ ਨਹੀਂ ਜਾਣੀ ਅਰ ਲਿਖ ਕਲੇ ਲਾੜਲੇ ਇੱਕ ਦਿਨ ਤੂੰ ਵੀ ਜ਼ਰੂਰ ਰੋਵੇਗਾ ਅਜ ਨਫਰਤ ਕਰਾ ਨਾ ਮਾਰੇ ਚਿਹਰੇ ਤੇ ਕਲ ਇਸੇ ਚਾਰੇ ਨੇ ਫੋਟੋ ਦਿਖਾ ਦਿਖਾਟੋਵੇਗਾ ਫੋਟੋ ਦਿਖਾ ਦਿਖਾਟੋਵੇਗਾ ਸਾਹ ਰਿਆਣ ਦੇ ਭਾਈ ਖਤਰਨਾਕ ਸੀ ਕਿ ਬੜੀ ਮਤਲਬ ਕੀ ਦੁਨੀਆ ਮੇਰੇ ਭਾਈ ਇਹ ਜਾਨ ਜਾਨ ਕੈ ਨਾਲ ਯਾਰ ਟੇਮ ਪੜੇ ਬੱਦਖਿਆ ਨਹੀਂ ਕਰਦੇ ਅਰ ਤੂੰ ਬਸ ਕਮਾਨ ਪੱਧਾਂ ਦੀਏ ਕਿਉਂਕਿ ਖਾਲੀ ਜੇ ਮਾਜ ਕਲ ਗਰਿਸਤੇ ਟਿਕਿਆ ਨਹੀਂ ਕਰਦੇ ਸਹੀ ਆ ਬਾਤ ਟਿਕਿਆ ਨਹੀਂ ਕਰਦੇ ਗਮ ਆਪਣੀ ਕਿਸ ਕਿਸ ਤੋਂ ਜਬਾ ਉਹ ਜਾ ਜੀ ਬਹੁਤ ਹੋਤੇ ਵੇਖੋ ਬਾਬਾ ਤੋਂ ਆਪਣਾ ਹੀ ਆ ਮਤਲਬ ਕਿ ਬਹੁਤ ਸਾਥ ਦਿਆ ਗਏ ਲੈ ਆਪਣੇ ਔਰ ਅਰੂ ਕੋਟਾਲ ਅਨੂ ਸ਼ਾਇਰ ਦੀ ਕੁਮਾਜਰਾ ਅਨੂ ਉਹ ਅੰਕੂ ਕੋਰ ਵਾਲਾ ਹੈ ਹੋਰ ਵੀ ਬਹੁਤ ਹੈ ਆਪਣੇ ਉਹ ਜਾ ਸਭ ਅੱਛਾ ਕਰਨਾਕਸੀ ਮਖਾਇ ਕਸੀਨ ਕਾਲੀ ਰਾਤ ਹੋਈ ਜਦ ਮਾਰਿਸ ਗੱਲਾਂ ਬਾਤ ਹੋਈ ਬਾਤ ਕਰਦੇ ਕਰਦੇ ਜਾ ਰੋਇਆ ਫਿਰ ਅਗਲੇ ਦਿਨ ਉਸਤੇ ਮੁਲਾਕਾਤ ਹੋਈ 엄 نبی ਕੋਈ ਆਪਣਾ ਖਾਸ ਕਰਿਆ ਇੱਕ ਹੀ ਦਿਨ ਉਹ ਬਾਤ ਹੋ ਗਈ ਉਸਤੇ ਅਗਲੇ ਦਿਨ ਮੁਲਾਕਾਤ ਹੋ ਗਈ ਬੀਨਾ थी ਮੇਰੇ ਗਲ ਖੜੀ ਰਹੀ ਠੀਕ ਹੈ ਪਰ ਉਸਨੇ ਕਹਿ ਰੱਖੀ थी ਭਾਈ ਮਰਦੇ ਦਮ ਤੱਕ ਗੇਲੂ ਅਰ ਅੱਜ ਵੀ ਹੈ ਮੈਨੂੰ ਨਹੀਂ ਕਹਤਾ ਪਰ ਭਾਈ ਅਗਲੇ ਕਰ ਜਾਲੀ ਤੋ ਮੈਂ ਉਸਨੇ ਆਣੇ ਕੀ ਵੀ ਨਹੀਂ ਕਹਤਾ ਠੀਕ ਹੈ ਉਹ ਜੜਾ ਵੀ ਹੈ ਜਹਾਂ ਵੀ ਹੈ ਬਸ ਯਾ ਇਹ ਦੁਆ ਕਰੂੰ ਮੈਂ ਤੋ ਉਪਰ ਵਾਲੇ ਦਾ ਭਾਈ ਉਹ ਖੁਸ਼ ਰਹਾ ਬਸ ਮੇਰੇ ਭਾਈ ਆਜ ਕਲ ਕੇ ਬਾਲਕ ਕਵਾ ਕਿਸੇ ਦਾ ਬਣਾ ਨਹੀਂ ਬੇਸ਼ਕ ਅਸਲਾ ਠਾਣਾ ਪੜ ਜਿਓ ਪੜਨਾ ਨਾ ਮੇਰੇ ਭਾਈ ਯਮ ਨਮਨਤ ਕਰਕੇ ਬਾਪੂ ਤਿਆਸ ਕਰਾਨੀ ਚਾ ਸਾਲਾ ਤਸਲਾ ਠਾਣਾ ਪੜਦੀਓ ਇਹ ਬਾਤ ਚਾ ਤਸਲਾ ਠਾਣਾ ਪੜਦੀਓ ਆ ਜੀ ਸਾਇਰੀਆਂ ਦੋ ਅੱਪਰ ਸਾਇਰੀ ਸੁਣਾਵਾਂਗੇ ਆ ਜੀ ਆਂ ਦੋ ਪਹਿਲਾ ਦਜੀ ਸਾਰਿਆਂ ਨੂੰ ਰਾਮ ਰਾਮ ਭਾਈ ਮੈਂ ਆਪਕਾ ਆਪਣਾ ਭਾਈ ਸੋਨੁ ਚਨਾਲਿਆ ਆਜਾ 475 YouTube ਚੈਨਲ ਪਰ ਆਪ ਸਭੀ ਕੋ ਬਹੁਤ ਬਹੁਤ ਸਵਾਤ ਕਰਤਾ ਹੂੰ ਅੱਜ ਆਪਣੇ ਸਾਥ ਆ ਹਰਿਆਣਾ ਕੇ ਦੇਸੀ ਸਾਇਰ ਆਪ ਤੇ ਸਾਇਰੀ ਸੁਣਾਵਾਂਗੇ ਕਿਕਰ ਲਿਖਣ ਕੀ ਸ਼ੁਰੂਆਤ ਕਰੀ ਸਾਰੀ ਬਾਤ ਬਤਾਵਾਂਗੇ ਸਭ ਦੇ ਪਹਿਲਾ ਤੋਂ ਭਾਈ ਰਾਮ 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 ਭਾਈ ਸਾਹਿਬ ਅੱਛਾ ਭਾਈ ਆਪਣਾ ਗਾਮ ਗਵਾਂਡ ਜ਼ਿਲ੍ਹਾ ਤਹਿਸੀਲ ਕੇ ਬਾਰੇ ਮੈਂ ਬਤਾ ਦੇ ਕਿਰਾ ਮੈਂ ਛੋਟਾ ਸਾ ਲਿਖਾਰੀ ਔਰ ਲਿਖਣਾ ਮੇਰਾ ਕੰਮ ਸਹਿਰ ਮੇਰਾ ਇੰਦਰੀ ਔਰ ਇਸਲਾਮ ਨਗਰ ਮੇਰਾ ਗਾਮ ਔਰ ਸ਼ੁਰੂ ਕਰਨ ਦਾ ਪਹਿਲਾ ਐ ਚਾਰ ਪਚੇਤਰ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਨੇ ਆ ਜੋੜਗਾ ਮੇਰੀ ਰਾਮ ਰਾਮ ਵਾਹ ਵਾਹ ਛੋਰੇ ਬੈਠੇ ਬੈਠੇ ਸਾਇਰੀ ਬਣਾ ਦੀ ਭਾਈ ਛੋਰੇ ਨਾ ਸਾਇਰੀ ਆਣ ਦੋ ਜੀ ਇੱਕ ਦਰਨਾਕ ਸੀ ਮਖੋਪਰ ਵਾਲਾ ਵੀ ਰੁੱਸਿਆ ਬੈਠਾ ਮਰਤੇ ਅਕਮ ਨੇ ਉਸ ਦੀ ਜਗਾ ਤੇ ਰਤੇ ਦੇ ਰੱਖੀ ਦੀ ਤੇਰੀ ਆਮਾ ਹਾ ਤੇਰੀ ਨਮਾ ਨਾ ਰੱਖੀ ਦੀ ਫੇਰ ਵੀ ਤਨੇ ਮਾਰੇ ਪਿਆਰ ਕੀ ਕਦਰ ਨਹੀਂ ਜਾਣੀ ਅਰ ਲਿਖ ਕਲੇ ਲਾੜਲੇ ਇੱਕ ਦਿਨ ਤੂੰ ਵੀ ਜ਼ਰੂਰ ਰੋਵੇਗਾ ਅਜ ਨਫਰਤ ਕਰਾ ਨ ਮਾਰੇ ਚਿਹਰੇ ਤੇ ਕਲ ਇਸੇ ਚਾਰੇ ਨੇ ਫੋਟੋ ਦਿਖਾ ਦਿਖਾਟੋ ਹੋਏਗਾ ਫੋਟੋ ਦਿਖਾ ਦਿਖਾਟੋ ਹੋਏਗਾ ਸਾਹ ਹਿਅਰਿਆਣ ਦੇ ਭਾਈ ਖਤਰਨਾਕ ਸੀ ਕਿ ਬੜੀ ਮਤਲਬ ਕੀ ਦੁਨੀਆ ਮੇਰੇ ਭਾਈ ਇਹ ਜਾਨ ਜਾਨ ਕੈ ਨਾਲ ਯਾਰ ਟੇਮ ਪੜੇ ਪੱ ਦਿਖਿਆ ਨਹੀਂ ਕਰਦੇ ਅਰ ਤੂੰ ਬਸ ਕਮਾਨ ਪਧਾਉਂਦੀਏ ਕਿਉਂਕਿ ਖਾਲੀ ਜੇ ਮਾਜ ਕਲ ਗਰਿਸਤੇ

वहां ते लिखने की स्टार्टिंग करी थी अपना अच्छा पहली वीडियो वायरल कौन सी हुई थी अपनी पहली वीडियो वायरल हुई थी भाई अपनी के बुल लड़ना तो तना मैं भी भूल जाता जे मैं तेरे और तू मेरे दुख सुख में गेल खड़ी ना हुंदी और ब्याह होना तो म्हारा भी हो जाता मेरी जान जे बात तेरे बाबू की इज्जत गोथर जात पै अड़ी ना हुंदी अड़ी ना हुंदी सही है बात भाई की अच्छा जी आपकी पहली वीडियो कौन सी वायरल हुई थी ਮੇਰੀ ਵੀਡੀਓ ਕੱਲ ਇੱਕ ਛੋਰੇ ਦਾ ਮੈਸੇਜ ਆਇਆ ਨੂੰ ਬੋਲਿਆ ਕਿ ਇਹ ਬਾਤ ਆ ਮੈਸੇਜ ਸੀਨ ਨਹੀਂ ਕਰਦੇ ਮੈਂ ਪਿਆਰ ਕਰੂੰ ਆਪ ਯਕੀਨ ਨਹੀਂ ਕਰਦੇ ਨੂੰ ਬੋਲਿਆ ਮੈਂ ਉਸ ਵਰਗਾ ਜਮਾਨੀ ਜੋ ਪਹਿਲਾਂ ਆਪਕੇ ਦਿਲ ਮਰਾ ਹਤਾ ਨੂੰ ਬੋਲਿਆ ਮੈਂ ਛੋੜ ਕੇ ਨਹੀਂ ਜਾਂਦਾ ਮੈਂ ਕਬਸ ਲੜ ਲੇ ਉਹ ਵੀ ਨਹੀਂ ਹੀ ਕਹਾ ਤਾ ਸਹੀ ਆ ਬਾਤ ਉਹ ਵੀ ਨਹੀਂ ਕਹਾ ਤਾ ਆਪਣੀ ਕੋਣ ਸੀ ਵੀਡੀਓ ਵਾਇਰਲ ਹੋਈ ਸੀ ਭਾਈ ਆਪਣੀ ਵੀ ਇੱਕ ਬਹੁਤ ਵੀਡੀਓ ਵਾਇਰਲ ਹੋਈ ਮਿਲੀਅਨ ਪਾਰ ਹੋਈ ਉਹ ਅੱਛਾ ਕਿ ਜ਼ਿੰਮੇਵਾਰੀ ਮਾਰੇ ਸਿਰ ਪਾ ਗਈ ਮੁਸ਼ਕਿਲ ਕੰਮ ਵੀ ਛੋਟੇ ਲੱਗਾ ਔਰ ਵਿਦੇਸ਼ ਜਾਣ ਦਾ ਜੀ ਮਾਰਾ ਵੀ ਬਹੁਤ ਕਰਾ ਪਰ ਜਾਣ ਮਾ ਪੀਸੇ ਮੋਟੇ ਲੱਗਾ ਚਲ ਕਰਜ਼ਾ ਲੈ ਕੇ ਵੀ ਚਲੇ ਜਾ ਪਰ ساری ਬਾਤ ਪੀਸੇਗੀ ਕੋਨੀ ਮਾਂ ਕੀ ਯਾਦ ਵੀ ਬੋਤਾਵੇਗੀ ਔਰ ਬੋਲੀ ਬਾਲੀ ਸੇ ਮੇਰੀ ਮਾਂ ਮੇਰੇ ਬਿਨਾਂ ਰੋਟੀ ਵੀ ਚਾਹ ਤੇ ਘੜਾ ਖਾਵੇਗੀ ਔਰ ਆਪਣਾ ਮਨ ਮਾਰ ਲਿਆ ਉਸ ਬਿਨਾਂ ਵੀ ਸਾਰ ਲਿਆ ਜਿਸ ਬਿਨਾਂ ਵੀ ਕੋਨੀ ਸਰਦਾ ਔਰ ਬੜੀ ਮਤਲਬ ਕੀ ਦੁਨੀਆ ਮੇਰੇ ਭਾਈ इनके बीच में माना केल्ला छोड़ का विदेश जाण का जी को नहीं करता सही है बात है विदेश जाण का जी को नहीं करता आईडी किस नाम ते आ भाई आपने आईडी अपनी भाई एसबी प्रजापत के नाम अच्छा थे। इसी नाम ते क्यों धरयो ही नाम बस सूरत में सोच लिया था भाई एसबी अपना शॉर्ट फॉर्म में, में मेरा नाम असली शुभम है अच्छा हां शॉर्ट फॉर्म में एसबी तो प्रजापत अपनी जात है भाई अच्छा अपनी आईडी किस नाम से आ आई ऑफिसर सी 786 अच्छा यो पूरी आईडी का पूरा मतलब क्या है बस अच्छा लगा मेनू यो नाम ਅੱਛਾ ਕਦ ਬਣਾਈ ਦੀ ਆਪਣੀ ਆਈਡੀ ਆ 4 ਮਹੀਨੇ ਹੋ ਗਏ ਆਪਣੀ ਆਈਡੀ ਬਣਾਏ ਹੋਏ ਅੱਛਾ ਹਾਂਜੀ ਕਿਤਨੇ ਸਭ ਤੋਂ ਜ਼ਿਆਦਾ ਕੌਣ ਸੀ ਵੀਡੀਓ ਚ ਰੇ ਕਿਤਨੇ ਵਿਊ ਆ ਰਹੇ 18 ਵਾਲੀ ਚੱਲ ਰਹੀ ਆਪਣੀ ਅੱਛਾ ਆ ਭਾਈ ਆਪਣੀ ਆਈਡੀ ਕੀ ਨਾਮ ਹੈ ਆਪਣੀ ਆਈਡੀਆ ਭਾਈ ਇਟਸ ਸਾਹਿਲ 6308 ਅੱਛਾ ਇਹ ਸਾਹਿਲ ਮੇਰਾ ਨਾਮ ਹੈ ਭਾਈ ਔਰ 6308 ਜੋ ਇਹ ਹੈ ਭਾਈ ਮੇਰੇ ਬਾਈਕ ਦਾ ਨੰਬਰ ਹੈ ਤੋ ਇਹ ਲਗਾ ਲਿਆ ਤਾਂ ਭਾਈ ਪਿੱਛੇ ਅੱਛਾ ਕਦ ਬਣਾਈ ਦੀ ਆਈਡੀ ਯੂ ਆਈਡੀ ਬਣਾਈ ਦੀ ਭਾਈ ਕਮ ਸੇ ਕਮ 1.5 ਸਾਲ ਸਾਰ ਹੋ ਗਿਆ ਮੇਰੇ ਕੋ ਅੱਛਾ अच्छा भाई शायरी लिख कर रहा है इसके आगे लो और भी काम कराक नहीं करा खाली शायरी शायरी लिख नहीं शायरी तो भाई ये है संडे संडे ना बनाया करा बाकी काम काज में डे नाइट ड्यूटी चल रही भाई और तो देखो ठीक है जिम्मेदारियां मैं फस रहे हैं भाई जिम्मेदारियां निभा रहे ठीक काम है काम के करा शायरी से अलग काम भाई यह है भाई देखो कपड़े की दुकान पर और नाइट ड्यूटी भी कर रहा वैसे मैं ठीक है डे नाइट ड्यूटी कर रहा भाई बस कहने का मतलब है घर से बाहर ही रहवा हफ्ते में आनो सिर्फ संडे ना भाई ਅੱਛਾ ਹਾਂ ਬਾਈ ਅੱਛਾ ਆਪ ਨਾ ਪੜ੍ਹਾਈ ਕਹਾਂ ਤੱਕ ਕਰੀ ਆਪਣੀ ਜੀ ਦਸਵੀਂ ਹੋ ਰਹੀ ਅੱਗਾ ਪੜ੍ਹਾਈ ਚੱਲ ਰਹੀ ਆਪਣੀ ਅੱਛਾ ਹਾਂਜੀ ਆਪ ਨਾ ਬਾਈ ਪਲੱਸ 2 ਤੱਕ ਪਾਸ ਹੈ ਬਾਈ ਉਸਕੇ ਬਾਅਦ ਛੋੜ ਦਿੱਤੀ ਅੱਛਾ ਕਿਉਂ ਛੋੜ ਦਿੱਤੀ ਪੜ੍ਹਾਈ ਬਸ ਘਰ ਕੇ ਮਜਬੂਰੀ ਕਰਕੇ ਛੋੜ ਦਿੱਤੀ ਬਾਈ ਕੰਮ ਧੰਦੇ ਮੇ ਲੱਗੇ ਤੇ ਹੂੰ ਬਸ ਛੋੜ ਸਾਇਰੀ ਤੇ ਅਲਗ ਹੋਰ ਕੰਮ ਕੇ ਕਰ ਕਰ ਬਸ ਆਪਣੇ ਕੰਮ ਕਰਾ ਬਾਈ ਆਲੂ ਪਿਆਜ਼ ਦਾ ਸਬਜ਼ੀ ਦਾ ਕੰਮ ਆਪਣਾ ਅੱਛਾ ਹਾਂ ਆਪ ਕੇ ਕਰ ਕਰੋ ਸਾਇਰੀ ਤੇ ਅਲਗ बस स्टडी का ना जोर तो घुसनी अच्छा अच्छा भाई बचपन में के बनने की सोची थी कोई सोचा मैं डॉक्टर बनूंगा कोई सोचा मैं मास्टर बनूंगा आप ना के बनने की सोची थी बस बचपन में तो भाई यही था भाई पढ़े लिखा कर दे तो भाई यही थी भाई कि भाई पढ़ लिख के कुछ अच्छा करने की भाई गवर्नमेंट जॉब पाने की सोची थी भाई देख ठीक है बस भाई बचपन में बापू गुजर गया था भाई ठीक है उस टाइम में पंज छः साल होया करता अच्छा। उसके बाद मतलब पढ़ाई भी करी भाई दसवीं तक उसके बाद भाई मतलब एक्सपायर हो गए बापू तो मतलब जिम्मेदारी आ गई सिर पर मां काम करती देखी नहीं जाओ भाई ठीक है घर का खर्चा भी चलाना जरूरी हो कहना आदमी काम करे तो ये घर चाल करे भाई ठीक है

ਬਸ ਅੱਛਾ ਪ੍ਰੋਜੈਕਟ ਤਾਂ ਕਿਆ ਕਰੀਏ ਅੱਛਾ ਭਾਈ ਦਿਨ ਮਾ ਸਾਇਰੀ ਕਿਤਨਾ ਕ ਲਿਖਦਾ ਭਾਈ ਇਹ ਹੀ ਆ ਬਸ ਲਿਖਣ ਲਖਣ ਦਾ ਤਾਂ ਕੋਈ ਉਹ ਨਹੀਂ ਆ ਭਾਈ ਲਿਖਣੇ ਨਾ ਤਾਂ 5-7 ਵੀ ਲਿਖਦਾ 10 ਵੀ ਲਿਖਦਾ ਔਰ ਲਿਖਣ ਨਾ ਭਾਈ 1-2 ਵੀ ਲਿਖਦਾ ਠੀਕ ਹੈ ਜਿਤਨੀ ਮਨ ਮਾ ਆ ਭਾਈ ਲਿਖਦਾ ਆਪਣਾ ਅੱਛਾ ਆਪ ਕਿਤਨੀ ਸਾਇਰੀ ਲਿਖਦਾ ਦਿਨ ਮਾ ਮੂਡ ਬੰਨਨੇ ਕੀ ਬਾਤ ਹੈ ਭਾਈ ਜਿਤਨਾ ਹੋ ਜਾ ਫਿਰ ਲਿਖਦੇ ਕਦੀ ਕਦੀ ਤਾਂ ਲਿਖਦੇ ਵੀ ਨਹੀਂ ਆ ਹੂੰ ਕਿਆ ਬਣਾ ਸਹੀ ਚੱਲਦਾ ਅੱਛਾ ਆਪਣੇ ਆਪ ਕਿਤਨੇ ਲਿਖਦਾ ਭਾਈ ਭਾਈ ਮੈਂ ਤਾਂ ਲਿਖਿਆ ਹੀ ਨਹੀਂ ਕਰਦਾ ਜੋ ਮਨ ਮਾਵਾ ਬਣਾ ਲਾ ਬਸ ਅੱਛਾ ਹਾਂ ਕਦੀ ਕੁਝ ਦੇਖਿਆ ਉਸਕੇ ਉਸ ਤੇ ਕੁਝ ਸਿੱਖਿਆ ਤਾਂ ਵਹੀ ਛਾਪ ਦਿਆ ਬਸ ਅੱਛਾ ਇੱਕ ਬਾਤ ਔਰ ਦੇਖੀ ਹਰਿਆਣੇ ਮੇ ਜਿੰਨੇ ਸਾਇਰ ਹੈ ਉਹ ਗਾਣੇ ਜ਼ਰੂਰ ਗਾਡਾ ਫਿਰ ਉਸਕੇ ਬਾਅਦ ਗਾਣੋ ਵਾਲੀ ਲਾ ਨਮਾਜ਼ਾ ਗਾਣੇ ਲਿਖਾ ਤਾਂ ਆਪਣੇ ਗਾਣੇ ਲਿਖੇ ਆ ਨਾ ਲਿਖੇ ਗਾਣੇ ਆਉਣਗੇ ਤਾਂ ਕਦ ਲਗਾਏਗੇ ਨਹੀਂ ਗਾਣੇ ਗੁਣੇ ਤਾਂ ਦੇਖੋ ਭਾਈ ਜੀ ਵੀ ਕੁਝ ਲਿਖੇ ਕੋ ਨਹੀਂ ਅੱਛਾ ਬਾਕੀ इस बारे में कोई विचार भी, भी नहीं है मतलब अभी बस यही अपना शायरी चल रही और अपना काम काज में फसे रे भाई इससे बड़ा कवर कुछ नहीं भी तो आगे अच्छा आप ना लिखे गाने गुणे गाने तो लिख रखे हैं बाकी देखते हैं कवता अच्छा अपना लिखे भाई नहीं भाई कुछ नहीं लिखा हमने तो अभी अच्छा हां बस सोच रहे पहले फेस वैल्यू बढ़िया सी बनाला फिर अपना लिख लेंगे कर देंगे कुछ अरियाने मां शायर हैं जण से किस किस ते बात हो जा अपनी

ਸੀ ਆ ਜੀ ਔਰ ਬਾਈ ਆਪਣਾ ਬੇਕੋ ਬਾਬਾ ਹੋ ਗਿਆ ਠੀਕ ਹੈ ਬਾਈ ਸਾਹਿਬ ਔਰ ਇੱਕ ਅੰਨੂ ਜੀ ਆ ਜੋ ਮਤਲਬ ਅਫੀਸ਼ੀਅਲ ਅੰਨੂ ਦੇ ਨਾਮ ਸੇ ਉਹਨਾਂ ਦਾ ਚੈਨਲ ਹੈ ਇਨ ਸੇ ਔਰ ਵੀ ਬਹੁਤ ਹੈ ਬਾਈ ਦੇਖੋ ਠੀਕ ਹੈ ਔਰ ਇੱਕ ਬਾਈ ਆਪਣਾ ਅਮਰੀਕ ਸਿਕੰਦਰਾ ਜੋ ਬਾਹਰ ਜਾ ਰਿਹਾ ਇਸ ਟਾਈਮ ਹੂਨ ਬਾਈ ਸੇ ਵੀ ਬਾਤ ਹੋ ਜਾਂਦੀ ਸੀ ਮੇਲ ਮਿਲਾਪ ਹੋ ਜਾਂਦਾ ਥਾ ਬਾਈ ਠੀਕ ਹੈ ਬਾਈ ਜੀ ਅੱਛਾ ਆਪਣੀ ਕਿਸ ਕਿਸ ਤੇ ਹੋ ਜਾ ਬਾਤ ਉਹ ਜਾ ਜੀ ਬਹੁਤ ਹੋ ਤੇ ਵੇਖੋ ਬਾਬਾ ਤੋਂ ਆਪਣਾ ਹੀ ਹੈ ਮਤਲਬ ਕਿ ਬਹੁਤ ਸਾਥ ਦਿਆ ਗੇ ਲੈ ਆਪਣੇ ਔਰ ਅਰੂ ਕੋਟਾਲ ਅਨੂ ਸ਼ਾਇਰ ਦੀਪ ਕੁਮਾਰ ਜਰਾ अंक कोराला और भी बहुत है अपने वो जो अच्छा अच्छा भाई एडिटिंग कौन से ऐप में कर कर जो से बालक नवी अरे शायरी बनावा उनते बता क्यों कर एडिटिंग हो क्यों आप तो वीएन ऐप में करा भाई इनशॉर्ट में भी कर ले कति दर जा सूट से बैठता दिख कमाई कर, कर ले कोई चक्कर अच्छा आप कौन से ऐप में करो वीएन अच्छा आप भाई वीएन या भाई काइन मास्टर था पहले अब तो वीएन में ही कर रहे बाकी पहले काइन मास्टर में करते थे हम्म ਦੋਨੋਂ ਸੇ ਬਾਲਕ ਨਵੇਂ ਸਾਇਰੀ ਬਣਾਵਾ ਆਣਾ ਚਾਹਵਾ ਪਰ ਹੁੰਦੇ ਕੇ ਕਾਣਾ ਚਾਹਵੇ ਬਈ ਹੁੰਦਾ ਇਹ ਕਾਣਾ ਚਾਹਵੇ ਕਿ ਬਈ ਬਣਾਉ ਤਾਂ ਦਿਲ ਤੇ ਬਣਾਉ ਜਾਂ ਫਿਰ ਬਣਾਉ ਹੀ ਨਹੀਂ ਹਰ ਬਣਾਉ ਤਾਂ ਫਿਰ ਮਤਲਬ ਇਹ ਹੈ ਬਈ ਆਪਣਾ ਕੰਟੈਂਟ ਇੱਕ ਹੀ ਰੱਖੋ ਇਹ ਨਹੀਂ ਆ ਅੱਜ ਬਈ ਸਾਇਡ ਬਣਾ ਰਹੇ ਕੱਲ ਫਨੀ ਬਣਾ ਰਹੇ ਪਰਸੋ ਕੁਛ ਹੋਰ ਬਣਾ ਰਹੇ ਬਸ ਰੱਖਣਾ ਤਾਂ ਕੰਟੈਂਟ ਇੱਕ ਹੀ ਰੱਖੋ ਤभी ਚੱਲੇਗੀ ਹੁਣੀਆਂ ਬਾਈ ਕਿ ਡੇਲੀ ਬਈ ਆਪਣਾ ਵੀਡੀਓ ਡਾਲਨੀ ਆ ਤਾਂ ਡੇਲੀ ਡਾਲੋ ਜਬੀ ਅਕਾਊਂਟ ਥੋੜਾ ਗਰੋਥ ਮੇ ਰਹੇਗਾ ਇਹ ਤਾਂ ਨਹੀਂ ਬਈ ਅੱਜ ਡਾਲਦੀ ਫਿਰ ਉਸਕੇ ਬਾਅਦ 3-4 ਦਿਨ ਬਾਅਦ ਡਾਲਨੀ ਐਸ ਤੋ ਬਈ ਦੇਖੋ ਅਕਾਊਂਟ ਚੱਲਦਾ ਨਹੀਂ ਹੂੰ ਠੀਕ ਹੈ ਭਾਈ ਹੂੰ ਸਹੀ ਆ ਬਾਤ ਸਾਇਰੀਆਂ ਨੇ ਖਤਰਨਾਕ ਸੀ ਕੇਰਾ ਰੂਹ ਵਾਲਿਆ ਸਿੱਖ ਥੇ ਮੇਰੇ ਭਾਈ ਪਰ ਅੱਜ ਕੋਈ ਜਿਸਮਾ ਕੇ ਵਪਾਰੀ ਸਾ ਕਿਰਦਾਰ ਦੇ ਗਿਆ ਰਹੀ ਔਰ ਸੁਪਨੇ ਦੇਖੇ ਤੇ ਜਿਸਕੇ ਗੇਲ ਜ਼ਿੰਦਗੀ ਬਿਤਾਣਗੇ ਅੱਜ ਉਸ ਜਾਨ ਨੇ ਬਿਆਹ ਕਾ ਕੋਈ ਔਰ ਲੈ ਗਿਆ ਰਹੀ ਕੋਈ ਔਰ ਲੈ ਗਿਆ ਰੇ ਕੌਣ ਲੈ ਗਿਆ ਭਾਈ ਬਾਤ ਬਤਾ ਦੇ ਪੂਰੀ ਬਾਲ ਕੋ ਕਾ ਬੜਾ ਕੋਗੀ ਜਣ ਹੋਂ ਸੇ ਵੀਡੀਓ ਦੇਖ ਰੇ ਕਿ ਭਾਈ ਐਸਾ ਕੇ ਰੋਲ ਆਇਆ ਕਿਕਰ ਹੋਇਆ ਕੇ ਬਾਤ ਆ ਪੂਰੀ ਆਣ ਦੇ ਬਸ ਭਾਈ ਥਾ ਕੋਈ ਆਪਣੀ ਜ਼ਿੰਦਗੀ ਮੈਂ ਜੋਇਬ ਨਹੀਂ ਰਹਾ ਠੀਕ ਹੈ ਜਾਲੀਆ ਬਸ ਜਾਣ ਤੇ ਜ਼ਿਆਦਾ ਚਾਇਆ ਕਰ ਦੇ ਬਈ ਦੇਖ ਉਸਨੇ ਠੀਕ ਹੈ ਬਾਕੀ ਇਬ ਨਹੀਂ ਰਹਾ ਉਹ ਦੇਖ ਉਸਕਾ ਕੁਛ ਉਹ ਨਹੀਂ ਹੈ ਅੱਛਾ ਅੱਛਾ ਤੋ ਭਾਈ ਮਨਾ ਦੇਖੇ ਬਾਲਕ ਭਾਈ ਵੀਡੀਓ ਬਣਾਵਾ ਤੁਹਾਰੇ ਵਰਗੇ ਆ ਬਾ ਸੋਚਾ ਕਿ ਭਾਈਆਂ ਤੂੰ ਸੈੱਡ ਬਣਾ ਰਿਹਾ ਹੈ ਉਹ ਬਦਮਾਸ਼ੀਕ ਬਣਾ ਤੋ ਰੀਅਲ ਬਾਤ ਹੋਣਗੇ ਗੇਲੋਆ ਹਾਂ ਭਾਈ ਮੇਰੇ ਪਾਸ ਦੇਖ ਮੈਂ ਉਹ ਰਹੀ ਤੋ ਕਹਿੰਦਾ ਨਹੀਂ ਭਾਈ ਦੇਖ ਜੋ ਹੈ ਮੇਰੇ ਪਾਸ ਭਾਈ ਰੀਅਲ ਹੈ ਦੇਖ ਮੈਂ ਬਾਕੀ ਇੱਕ ਬਾਤ ਹੋ ਰਹੀ ਹੈ ਭਾਈ ਮੇਰੀ ਦੇਖ ਕਈਓਗਾ ਤੋ ਯੂ ਹੋਵੇ ਭਾਈ ਕਈਓਕੇ ਗੇਲ ਬੀਤ ਜਾ ਤੋ ਬਣਾਇਆ ਕਰ ਪਰ ਮੇਰੇ ਗੇਲ मैं पहले बना दू बात में वो बाद में वो बात, बात रियलिटी हो भाई अच्छा। यू बात मैंने देख रखी सिद्धू वाले की उसने गाने काट दिए थे फिर उसके के लो वैसे ही रोल बस ये तो पता नहीं भाई देखो बाकी मैं यू कह रहा हूँ मैंने जो यो शायरी भी बोली थी के उसने ब्याह का कोई और ले गया यू वीडियो भाई मैंने छह सात महीने पहले बनाई थी और आज कहने का मतलब मेरे गेल सच होगी वो यू बात ठीक है भाई

અમને ભી કોઈ અપના ખાસ કરયા એક ઈ દિન મો વાત હો ગઈ ઉસતે اگلے દિન મુલાકાત હો ગઈ અક્ષાઈરી મહીરી અલાબાદ શાયરી મહીરી અચ્છા અચ્છા દુબારા ધ્યાન દો મખે કસિન કાળી રાત હોઈ હમ જબ મારી ઉસકે અલાબાદ હોઈ વાત કરદે કરદે જા રયો ફેર اگلے દિન ઉસતે મુલાકાત હોઈ હમ અમને ભી કોઈ અપના ખાસ કરયા અતે જ્યાદા સ્પોવિશ્વાસ કરયા બસ આગા કે હોના તા યહી તો બડી જિંદગી કા નાશ કરયા યે વાત યહી apni જિંદગી કા નાશ કરયા તને ભી નાશ કરયા ਇਹ ਨਵినాਸ ਕਰਿਆ ਇਹ ਬਾਤ ਸਹੀ ਆ ਜਾਂ ਝੂਠਾ ਸਹੀ ਆ ਭਾਈ ਬਾਕੀ ਦੇਖੋ ਨਾ ਸੀ ਤੋਂ ਬਾਤ ਐਸੀ ਆ ਭਾਈ ਦੇਖੋ ਕਈਓ ਆ ਭਈ ਦੇਖਣ ਪਿਆਰ ਮੈਂ ਭਈ ਦੁੱਖ ਅਦਾਖਾ ਮੇਰੇ ਤਾਂ ਕੋਈ ਦੁੱਖ ਅਦਾਖਾ ਨਹੀਂ ਮਿਲ ਰਿਹਾ ਭਾਈ ਦੇਖੋ ਮੈਂ ਸਾਫ ਕਿਆ ਕਰੂ ਦੇਖ ਮੈਂ ਕਿਸੇ ਨਨੂ ਬਦਨਾਮ ਨਹੀਂ ਕਰਦਾ ਠੀਕ ਹੈ ਭਾਈ ਬਸ ਯੂ ਐ ਭਾਈ ਦੇਖ ਮਜਬੂਰੀਆਂ Thi ਅਗਲੀ ਕੀ ਵੀ ਕੁਛ ਇਤਨਾ ਉਸਪਾ ਕੋਈ ਮਜਬੂਰੀ ਨਾ Thi ਮਰੇ ਗੇਲ ਖੜੀ ਰਹੀ ਠੀਕ ਹੈ ਪਰ ਉਸਨੇ ਕਹਿ ਰੱਖੀ Thi ਭਾਈ ਮਰਦੇ ਦਮ ਤੱਕ ਗੇ ਲੂ ਅਰ ਅੱਜ ਵੀ ਐ ਮੈਂ ਯੂ ਨਹੀਂ ਕਹਤਾ ਪਰ ਭਾਈ ਅਗਲੇ ਕਰ ਜਾਲੀ ਤੋ ਮੈਂ ਉਸਨੇ ਆਣੇ ਕੀ ਵੀ ਨਹੀਂ ਕਹਤਾ ਠੀਕ ਹੈ ਉਹ ਜੜਾ ਵੀ ਐ ਜਹਾਂ ਵੀ ਐ ਬਸ ਯਾ ਇਹ ਦੁਆ ਕਰੂ ਮੈਂ ਤੋ ਉਪਰ ਵਾਲੇ ਦਾ ਭਾਈ ਉਹ ਖੁਸ਼ ਰਹਾ ਬਸ ਸਹੀ ਐ ਬਾਤ ਸਾਇਰੀ ਆਣਦੇ ਭਾਈ ਇੱਕ ਖਤਰਨਾਕ ਸੀ ਇੱਕ ਸਾਇਰੀ ਬਾਪੂ ਸੁਣਾਣ ਜਾਊਂਗਾ ਭਾਈ ਆਣਦੇ ਕਿ ਜ਼ਿੰਦਗੀ ਬੇਸ਼ੱਕ ਕਿਤਨੀ ਵੀ ਮਾੜੀ ਹੋ ਮਾਰੀ ਅੱਛਾ ਰਹੇ ਫਿਰ ਵੀ ਮਾਰੀ ਹਰ ਕੁਆਇਸ ਪੂਰੀ ਹੋਵਾ ਆਹ ਹਰ ਜ਼ਿੰਦਗੀ ਮੈਂ ਆਸ ਕਰਨ ਖਾਤਰ ਪਾਸ ਹੋਣਾ ਜ਼ਰੂਰੀ ਨਹੀਂ ਮੇਰੇ ਭਾਈ ਬਾਪੂ ਕੋਣਾ ਜ਼ਰੂਰੀ ਹੋਵਾ ਬਾਪੂ ਕੋਣਾ ਜ਼ਰੂਰੀ ਹੋਵਾ ਆਇਆ ਬਾਤ ਸਹੀ ਆ ਮੇਰੇ ਭਾਈ ਅੱਛਾ ਭਾਈ ਘਰ ਕੋ ਨਾ ਕਿਤਨੀ ਸਪੋਰਟ ਕਰੀ ਇਸ ਲਾਈਨ ਮਾ ਸ਼ੁਰੂ ਮਾਏ ਘਰ ਕੋ ਕਿਤੇ ਫੁੱਲ ਸਪੋਰਟ ਆ ਭਾਈ ਘਰ ਆਪਣਾ ਕੰਮ ਕਰ ਲੈ ਘਰ ਜੋ ਮਰਜੀ ਕਰ ਆਪਣਾ ਕੋਈ ਦਿੱਕਤ ਨਹੀਂ ਆ ਅੱਛਾ ਹਾਂ ਸਾਇਰੀ ਸੁਇਰੀ ਜਿਸ ਟਾਈਮ ਬਣਾਉਣ ਲੱਗਿਆ ਗਾਮ ਵਾਲੇ ਯਾਰੋ ਹੋਰ ਵੀ ਰਿਸ਼ਤੇਦਾਰੀਆਂ ਬਾਤ ਨਹੀਂ ਗਏ ਕਿ ਕੇ ਸੋਦਾ ਠਾਲੀਆ ਕੇ ਜੋੜ ਲਿਆ ਨਾ ਨਾ ਕੋਈ ਆ ਕੇ ਚੱਕਰਣ ਦਾ ਯਾਰ ਦੋਸਤ ਆਪਣੇ ਦੋ ਚਾਰ ਵੀ ਉਹਨਾਂ ਵੀ ਉਹ ਸਪੋਰਟ ਕਰੀ ਵਿਚਾਰੋ ਨਾ ਗੇਲੋ ਵੀਡੀਓ ਬਣਵਾਈ ਸਾਰੇ ਕੰਮ ਕਰੇ ਕੋਈ ਦਿੱਕਤ ਵਾਲੀ ਬਾਤ ਨਹੀਂ ਰਹੀ ਐਸੇ ਤਾਂ ਕੋਈ ਨਾ ਯਾਰ ਮਜ਼ਾਕ ਡਾਣੇ ਵਾਲੇ ਡਾਂਵਾ ਵੀ ਬਹੁਤ ਆ ਪਰ ਆਪਣਾ ਨੱਕੇ ਫਰਕ ਪੜਿਆ ਜੀ ਜੇ ਤਾਂ ਆ ਜਾਓ ਕੋਈ ਚੱਕਰ ਨਹੀਂ ਆ ਅੱਛਾ ਭਾਈ ਜਿਸ ਟਾਈਮ ਆਪ ਵੀਡੀਓ ਬਣਾਉਣ ਲੱਗੇ ਹੋਗੇ ਗਾਮਗੂ ਵਾਲੋ ਨਾ ਵੀ ਕਹੋਗਾ ਕਿ ਸੋਦਾ ਆਇਓ ਸਹੀ ਹੈ ਭਾਈ ਕਹਿਆ ਕਰਦੇ ਭਾਈ ਪਹਿਲਾਂ ਮੇਰੀ ਆਈਡੀਆ ਹੋਇਆ ਕਰਦੀ ਜ਼ਖਮੀ ਸਾਇਰ ਕੇ ਨਾਮ ਦਾ ਹੂੰ ਤੋ ਵੀ ਘਣੇ ਮਜ਼ਾਕ ਬਣਾਇਆ ਕਰਦੇ ਕਈ ਭਾਈ ਕਹਿਆ ਕਰਦੇ ਭਾਈ ਨਾਮ ਰੱਖ ਰੱਖਿਆ ਕੁਛ ਆਈਡੀ ਦਾ ਕਈ ਤਾਂ ਫੁੱਲ ਸਪੋਰਟ ਕਰਿਆ ਕਰਦੇ ਭਾਈ ਕਈ ਮਤਲਬ ਇਹ ਥਾ ਗਾਉਂ ਕੇ ਤੇ ਦੇਖ ਕਹਾਂ ਆ ਬਾਈ ਦੇਖ ਸੁਰੂ ਸੁਰੂ ਮੈਂ ਤਾਂ ਸਭ ਬੋਲਾਂ ਪਰ ਬਾਕੀ ਜਦ ਚੜਾਈ ਹੋ ਜਾਣਾ ਬੰਦੇ ਕੀ ਅਸਲੀ ਪਤਾ ਤਾਂ ਤਬ ਲੱਗਾ ਬਾਈ ਹਾਂ ਕੁਛ ਕਰਿਆ ਬੰਦੇ ਨੇ ਠੀਕ ਹੈ ਅੱਛਾ ਆਪ ਤੇ ਵੀ ਕਿਹਾ ਦੀ ਘਰ ਵਾਲੋ ਨਾਲ ਸਪੋਰਟ ਕਰੀ ਜਾਂ ਫਿਰ ਉਹਨੂੰ ਕਿਹਾ ਕੇ ਸੋਧਾ ਹੈ ਛੋਡੀ ਸੁਣਾ ਨਾ ਨਾ ਜੀ ਘਰ ਵਾਲੇ ਤਾਂ ਸ਼ੁਰੂ ਤੇ ਹੀ ਆਪਣੇ ਸਪੋਰਟ ਮੈਂ ਮਤਲਬ ਕਿ ਪੂਰੀ ਸਪੋਰਟ ਕਰਾਂ ਬਾਕੀ ਗਾਉਂ ਵਾਲੇ ਕੋ ਤਾਂ ਆਪਣੇ ਪਤਾ ਹੀ ਆ ਸ਼ੁਰੂ ਸ਼ੁਰੂ ਮੈਂ ਤਾਂ ਸਭ ਮਜ਼ਾਕ ਹੀ ਬਣਾਉਂ ਬੰਦੇ ਦਾ ਵੀ ਹਾਂ ਵੀ ਕਿਆ ਸੋਧਾ ਹੈ ਉਹ ਕਿਆ ਕਰ ਰਹੇ ਥਮ ਤੇ ਕੁਝ ਵੀ ਬਾਕੀ ਕਿਸੇ ਪਰ ਧਿਆਨ ਨਹੀਂ ਦਿਆ ਕਿਉਂਕਿ ਮੂੰਹ ਪਾ ਬੋਲਣ ਦੀ ਕਿਸੇ ਕੀ ਹਿੰਮਤ ਨਹੀਂ ਆ ਪੀਠ ਪਿੱਛਾ ਤੋਂ ਲੋਕ ਬਕਵਾਸ ਮਾਰੀ ਲੈ ਜਿੰਨੀ ਮਾਰਣੀ ਹੋ ਅੱਬੇ ਬੋਲਦੇ ਜੀ ਨਾ ਬੋਲਣੀ ਹੋ ਅੱਛਾ ਹੋਰ ਕੋਈ ਸਾਇਰੀ ਮਾਪੇ ਉੱਪਰ ਮਾ ਜੀ ਮਾ ਬਾਪ ਕੇ ਪਰਤਕੈ ਲਿਖਣੀ ਵਸ ਮੈਂ ਤਾਂ ਆ ਭਾਈ ਤਨ ਲਿਖੀ ਕੋਈ ਮਾ ਬਾਪੂ ਕੇ ਉੱਪਰ ਲਿਖੀ ਦੀ ਭਾਈ ਹਾਂ ਮਾ ਬਾਪੂ ਕੇ ਉੱਪਰ ਵੀ ਲਿਖੀ ਦੀ ਬਾਕੀ ਚਲੀ ਵੀ ਐਵੇਂ ਹਾਂ ਠੀਕ ਹੈ ਆਣ ਦੇ ਕੋਈ ਖਤਰਨਾਕ ਸੀ ਮਾ ਬਾਪੂ ਕੇ ਹਾਂ ਦੋਈ ਤਨ ਦੇਖ ਲੈ ਹਾਂ ਭਾਈ ਕੋਈ ਖਤਰਨਾਕ ਸੀ ਸਾਇਰੀ ਮਾ ਬਾਪੂ ਕੇ ਉੱਪਰ ਆਣ ਦਾ ਹਾਂ ਕਿ ਜ਼ਿੰਮੇਵਾਰੀ ਮੈਂ ਫਸ ਗਿਆ ਉਮਰ ਨੇ ਆਣੀ ਆ ਹਾਏ ਰੇ ਸਭ ਮਤਲਬ ਖਾਤਰ ਬਾਤ ਕਰਾਂ ਦੁਨੀਆ ਬਹੁਤ ਸਿਆਣੀ ਆ ਸਹੀ ਆ ਬਾਤ ਔਰ ਤਨ ਨਵੇਂ ਨੇ ਵੀ ਉਸ ਕਾ ਸਾ ਲਾਲ ਆਤਾ ਤਾਂ ਮਜਬੂਰ ਹੋ ਗਏ ਉੱਪਰ ਤੇ ਕਿਸਮਤ ਇਤਨੀ ਮਾੜੀ ਤੀ ਸਾਲੇ ਸੁਪਨੇ ਵੀ ਸਾਰੇ ਚੂਰ ਹੋ ਗਏ ਫਿਰ ਸੁਪਨੇ ਸਾਰੇ ਪੂਰੇ ਕਰਾਂਗੇ ਤਬੀ ਤੋ ਮੈਂ ਨਦਰ ਰੋਜ ਕਰਾਂ ਬਸ ਇਹ ਵੀ ਇਤਨਾ ਕਾਮਯਾਬ ਹੋਣਾ ਮੇਰੇ ਭਾਈ ਕਿ ਮੇਰੇ ਮਾਪੇ ਮੇਰੇ ਸਿਰ ਪਰ ਮੋਜ ਕਰਾਂ ਮੇਰੇ ਸਿਰ ਪਰ ਮੋਜ ਕਰਾਂ ਸਹੀ ਆ ਬਾਤ ਹੈ ਅਜਾ ਭਾਈ ਇਹ ਵੀ ਲਗ ਜੋ ਚਰਿਆ ਦਾ ਚਰਿਆ ਦਾ ਕੰਮ ਚਰਿਆ ਇਸ ਟਾਈਮ ਆਪਣਾ ਆਲੂ ਵੇਚ ਰੇ ਔਰ ਭਾਈ ਸਾਇਰੀ ਵਿਚਰੀ ਇਸ ਤੇ ਅਲਾ ਕੇ ਕਰਨ

कोई छोटे-मोटे काम भी कर रहा लेकिन सब गेम मेन बात ये है सब की मंजिल पैसा फिर भी सब पैसे खातिर कर रहे यानी कौन अपना घर-बार छोड़कर आज ये विदेश में पड़े लोग वहां धक्के खा रहे सारे काम कर रहे तो पैसा ही पैसा बस अच्छा आण दे भाई शायरी कोई मैंने मतलब कहना छोड़ छाड़ के चली गई थी लोग क्या करते चली गई यू वो पर नहीं। मैं भी थी नहीं। या सिर्फ मैं जानू हूं ये लोग कदे भी उसने भरी महफिल मैं बदनाम नहीं करूंगा पर जद करा कोई उसकी बुराई मेरे आगे आग सी लाग जाए मेरे सीने में और किसी का नवम्बर माड़ा किसी का दिसंबर माड़ा उस्ताद पर आया था कोई ਨਵੀਂ ਬਣ ਕਾ ਉਸकी जिंदगी में जो मेरी जान अकाड के ले गया इस फरवरी के महीने में फरवरी के महीने में रोज डे पर बर्थडे की बात कर रहा नहीं रोज डे पर बर्थडे तो है नहीं भाई ओए आप बस मेरे ऐसी दुर्घटना हुई भाई इस फरवरी के महीने में जो सिर्फ मैं जानू भाई देख किसी ता कोई ना बता रिकी ना कुछ देख बताना तो फिर वाया भाई गाने वाली किसी ना बदनाम करने वाली ठीक है बाकी मेरे कुछ ऐसा ओया के सिर्फ मैं जानू भाई देख जिस पर बिता हुआ है जाने का ਸਹੀ ਆ ਬਾਤ ਹੈ ਤੋ ਕੇ ਰੋਜ ਡੇਰ ਕੇ ਪਰਪੋਜ ਡੇ ਆਪਣੀ ਤੋਂ ਜ਼ਿੰਦਗੀ ਕੱਟਰੀ ਆ ਰੋ ਮਾ ਪੈਸਿਆਂ ਨਹੀਂ ਬੈਠੇ ਵੀ ਰੇ ਕਾਰੋ ਮਾ ਕਦੇ ਅਲਟੋ ਮਰ ਕਦੇ ਬਲਾਰੋ ਮਾ ਛੋਰੀ ਝੱਲੀ ਕਾ ਮਾਰੇ ਦੋਰਾ ਕੋਈ ਕਾਮ ਨਹੀਂ ਸ੍ਰੀ ਬਾਲਕੋ ਮਾਰਾ ਨਾਮ ਨਹੀਂ ਜ਼ਿੰਦਗੀ ਕੱਟਰੀ ਮੋਜ ਮਾ ਤੜ ਕੀ 500 ਕਾ ਨੋਟ ਪੈਦਾ ਬੱਪੂ ਕੋ ਜਮਾ ਮਾਰ ਬਾਪੂ ਨੂੰ ਬੋਲੇ ਬੇਟੇ ਛੋਰੀ ਝੱਲੀ ਆਲਾ ਗਲਤ ਹੈ ਕਾਮ ਤੋ ਆਪਣਾ ਤੋ ਬਾਈਨ ਕਾਮ ਹੋਤੇ ਦੂਰ ਤੇ ਆ ਰਾਮ ਰਾਮ ਅੱਛਾ ਸਾਇਰੀਆਂ ਦੋ ਜੀ ਖਤਰਨਾਕ ਸੀ ਮਾ ਕੇ ਉੱਪਰ ਸੁਣ ਹਾਂ ਕੋਈ ਬਾਤ ਨਹੀਂ ਕਿ ਮੇਰੇ ਭਾਈ ਮਾਂ ਵਰਗੀ ਹਸਤੀ ਦੁਨੀਆ ਮਾ ਕੋਈ ਨਹੀਂ ਮਾਂ ਤੋਂ ਮਾਂ ਹੋਇਆ ਹੈ ਜੋ ਮਾਰੀ ਹਜ਼ਾਰ ਗਲਤੀਆਂ ਪਤਾ ਹੋਣ ਕੇ ਬਾਵਜੂਦ ਵੀ ਉਹ ਕਹ ਦੇ ਮੇਰੇ ਬੱਟੇ ਵਰਗਾ ਪੂਰੀ ਦੁਨੀਆ ਮਾ ਕੋਈ ਨਹੀਂ ਕੋਈ ਨਹੀਂ ਸਹੀ ਆ ਬਾਤ ਹੈ ਮਾਂ ਬਾਪ ਭਾਈ ਆਪਣੇ ਬਾਲਕ ਕੀ ਚਾਹ ਉਹਨਾਂ ਬਾਲਕ ਨਾ ਸੇ ਕਰ ਦੋ ਕੁਝ ਵੀ ਕਰ ਦੋ ਫਿਰ ਵੀ ਨੂੰ ਕਹੇਗੇ ਮਾਰਾ ਬੇਟਾ ਸਭ ਤੇ ਸਹੀ ਆ ਆ ਤੂੰ ਕੇ ਪੁਰਾਣ ਦੇ ਕੋਈ ਖਤਰਨਾਕ ਸੀ ਸਾਇਰੀ ਬਾਪੂ ਕੇ ਪਰਤਾ ਸਾ ਭਾਈ ਦੇਖੋ ਬਾਪੂ ਐ ਨਹੀਂ ਤੋ ਉਸ ਕੀ ਆਦਮੇ ਕੁਛ ਲਿਖ ਰਖਿਆ ਭਾਈ ਠੀਕ ਹੈ ਜ਼ਿੰਮੇਦਾਰੀ ਹੋ ਤੇਰੇ ਬਾਪੂ ਤੇ ਲੇਗਾ ਕੁਛ ਹੂੰ ਕਿ ਬੇਰਾਨੀ ਕੋਣ ਸੀ ਗਲਤੀ ਸਜ਼ਾ ਦਿਉਸ ਉੱਪਰ ਵਾਲੇ ਨੇ ਜੋ ਬਚਪਨ ਮੈਂ ਇੱਕ ਬਾਪ ਦਾ ਪਿਆਰ ਪਾਣ ਨਾ ਤੜਫਾ ਦिए ਅਰ ਸੋਂ ਕਰ ਸੁਪਨੇ ਤੇ ਮਾਰੇ ਵੀ ਬਹੁਤ ਥੇ ਪਰ ਕੇ ਕਰਾ ਮੇਰੇ ਭਾਈ ਘਰ ਕੀ ਜ਼ਿੰਮੇਦਾਰੀਆਂ ਨੇ ਜ਼ਿੰਦਗੀ ਦੇ ਰੰਗ ਸੇ ਢਾ ਦिए ਵਾਹ ਰਵਾ ਸੋਰੀ ਜ਼ਿੰਦਗੀ ਦੇ ਰੰਗ ਸੇ ਢਾ ਦिए ਬਾਪੋ ਜਾ ਭਾਈ ਸਾਇਰੀਆਂ ਨੇ ਖਤਰਨਾਕ ਬਾਪੂ ਕੇ ਉੱਪਰ ਸੁਣਾਉਂਗਾ ਭਾਈ ਆਣ ਦੇ ਮੇਰੇ ਭਾਈ ਆਜ ਕਲ ਕੇ ਬਾਲਕ ਕਵਾਂ ਕਿਸ ਤੇ ਦਬਣਾ ਨਹੀਂ ਬੇਸ਼ੱਕ ਅਸਲਾ ਠਾਣਾ ਪੜ ਜਿਓ ਪਰ ਨਾ ਨਾ ਮੇਰੇ ਭਾਈ ਹਮ ਨਮਾਨਤ ਕਰਕੇ ਬਾਪੂ ਤੇ ਅਸ ਕਰਾਣੀ ਚਾਹ ਸਾਲਾ ਤਸਲਾ ਠਾਣਾ ਪੜ ਜਿਓ ਇਹ ਬਾਤ ਚਾ ਤਸਲਾ ਠਾਣਾ ਪੜ ਜਿਓ ਹਾਂਜੀ ਸਾਇਰੀਆਂ ਦੋ ਕਿ ਦੁੱਖ ਕਿਸ ਨੂੰ ਸੁਣਾਵਾਂ ਪੂਰੀ ਦੁਨੀਆ ਬੇਗਾਨੀ ਹੈ ਜਿਸ ਨੂੰ ਹਮ ਚਾਹਤੇ ਉਸ ਕੀ ਨਜ਼ਰ ਕਿਸੇ ਹੋਰ ਕੀ دیਵਾਨੀ ਹੈ ਅਰ ਮਾਰੇ ਦੁੱਖ ਕੇ ਸੁਣਾਗਾ ਦੋਸਤ ਕੁਛ ਹਮ ਖੁਦ ਬਰਬਾਦ ਹੋਏ ਕੁਛ ਮਾਰੇ ਸੱਜਣਾ ਕੀ ਮਿਹਰਬਾਨੀ ਹੈ ਇਹ ਬਾਤ ਹੈ ਆ ਤੁਹਾਨੂੰ ਬਤਾ ਦੇ ਚੋਰੀ ਦਿਲ ਕੀ ਕਰ ਟੁੱਟ ਰਿਹਾ ਹੈ ਬਸ ਜੀ ਸਾਇਰੀ ਮਾ ਕੁਛ ਨਾ ਕੁਛ ਤੋ ਦਰਦ ਹੈ ਉਹੀ ਹੋ ਜਾਣਾ ਛੋਟੀ ਉਮਰ ਦਿਲ ਲਗਾ ਲੈ ਬੰਦਾ ਅੱਛਾ ਹਾਂ ਬਸ ਦੁਨੀਆਦਾਰੀ ਮਾ ਉਲਝ ਜਾ ਸਭ ਉਹੀ हो गया था बस एक टाइम अच्छा अच्छा कुछ ना कुछ भाई है घटना तो कोई बात नहीं अच्छा भाई अपनी लाइफ का को कोई ऐसा किस्सा जिससे हमारे दर्शक मोटिवेट हो जा बस भाई मैं तो ये कहूंगा कि अपना ਬਾਈ ਮਿਹਨਤ ਕਰੋ ਠੀਕ ਹੈ ਕੁਛ ਨਹੀਂ ਤੇਰਾ ਦੇਖੋ ਬਾਈ ਅੱਜ ਕੱਲ ਉਲਟੇ ਕੰਮ ਵਾ ਗਮ ਮੈਂ ਰਹਿਣਾ ਦੇਖੋ ਬਾਈ ਮੈਂ ਇਹ ਕੀ ਬਾਤ ਕਹੂੰ ਅਗਰ ਗਮ ਮੈਂ ਜਾਂ ਕਹੀਂ ਵੀ ਲਗਾ ਲਓ ਕਹੀਂ ਵੀ ਬੰਦਾ ਖੜੇ ਹੋ ਜਾਓ ਜਾਂ ਬੈਠ ਜਾਓ ਦੇਖੋ ਬਾਈ ਗਮ ਤੋਂ ਬਦਨਾਮੀ ਹੀ ਮਿਲੇ ਠੀਕ ਹੈ ਸਾਫ ਬਾਤ ਹੈ ਬਾਈ ਆਪਣਾ ਜਿੰਨਾ ਹੋ ਸਕਾ ਆਪਣੇ ਆਪੇ ਨਾਲ ਕੰਮ ਵਿੱਚ ਵਿਅਸਤ ਰੱਖੋ ਠੀਕ ਹੈ ਬਾਈ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਬਾਈ ਸਭੀ ਬਾਈਓ ਤੇ ਕਿ ਬਾਈ ਆਪਣਾ काम करो क्योंकि आज के टाइम में सब कुछ पैसा है भाई पैसा है तो सब गेल खड़े नहीं कोई गेल है। नहीं है भाई ठीक है, है बस हमारा तो यही कहना है भाई अपना मेहनत करो और अपना मां-बाप ना कुछ बन के दिखाओ ठीक है क्योंकि वे भी बचपन दे देखो मेहनत मजदूरी करके हमने पाले रे पोस रे पता नहीं देखो क्या-क्या सपने होंगे उनके तो भाई किसी के पीछा अपनी जिंदगी बर्बाद नहीं करो फालतू टाइम खराब नहीं करो तो सब से अच्छा यही रहेगा कि अपना अपने मां-बाप वास्ते करो

ਕਈਓ ਆਪਣੇ ਕਈਓ ਨੇ ਆਪਣੇ ਦੁੱਖ ਸੁਣਾਏ ਇਹੋ ਕਰਿਆ ਤੋ ਸਭ ਯੋ ਹੀ ਕਹਾ ਬਿਹਾ ਮੈਂ ਉਸਕੇ ਬਿਨ ਮਰ ਜੂਗਾ ਮੈਂ ਯੋ ਕਰ ਜੂਗਾ ਯੋ ਚਾਰ ਦਿਨ ਕਈ ਹੋ ਬੰਦੇ ਦਾ ਖੇਲ ਸਭ ਦੂਸਰਾ ਨਾ ਆਪਣੀ ਜ਼ਿੰਦਗੀ ਬਰਬਾਦ ਕਰ ਲੈ ਕਿਸੇ ਹੋਰ ਪਿੱਛਾ ਯਾ ਲਾਈਫ ਏ ਕੀ ਮਿਲੀ ਹਮਨੇ ਤੋ ਇਸ ਮੈਂ ਦੇਖੋ ਆਪ ਤੋ ਮਰ ਜਾਏ ਕਿਸੇ ਕੇ ਲਈ ਉਹ ਬੰਦਾ ਇੱਕ ਦਿਨ ਰੋ ਲੇਗਾ ਦੋ ਦਿਨ ਰੋ ਲੇਗਾ ਤੀਸਰ ਦਿਨ ਉਹ ਬੰਦਾ ਕਿਸੇ ਹੋਰ ਗੇਲ ਆਪਣੇ ਗਰਭ ਸਾ ਲੇਗਾ ਠੀਕ ਹੈ ਆਪ ਕੀ ਲਾਈਫ ਵੀ ਜਾ ਗਿਆ ਆਪ ਕੇ ਘਰ ਕੇ ਵੀ ਆਪ ਕੇ ਪਿੱਛਾ ਪੂਰੇ ਬਰਬਾਦ ਹੋ ਜਾਏਗੇ ਠੀਕ ਹੈ ਮਾਂ ਬਾਪ ਤੋ ਪੂਰੇ ਉਸ ਤੇ ਪਾਲ ਆਪਣੇ ਬੱਚੇ ਨੂੰ ਤੋ ਬਸ ਯੋ ਹੀ ਹੈ ਵੀ ਕਿਸੇ ਪਿੱਛਾ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ ਅਗਰ ਹਾਂ ਉਹ ਜਾ ਲਾਈਫ ਮੈਂ ਐਸਾ ਵੀ ਕੋਈ ਛੋੜ ਕੇ ਚਲੇ ਗਿਆ ਹੈ ਕੁਝ ਹੋ ਜਾ ਤੋ ਦੁੱਖ ਸਭ ਨੇ ਹੋਆ ਸਭ ਕੇ ਸਭ ਕਾ ਦਿਲ ਆ ਦੇਖ ਸਭ ਕੇ ਅੰਦਰ ਫੀਲਿੰਗ ਆ ਬਾਕੀ ਯੂੰ ਆ ਕਿ ਦੁਨੀਆ ਕੇ ਅੱਗਾ ਆਪਣਾ ਦੁੱਖ ਐਸਾ ਨਾ ਬਤਾਓ ਔਰ ਬਸ ਉਲਟੇ ਸਿੱਧੇ ਹਰ ਕਤਾ ਨਹੀਂ ਕਰੋ ਜਿਸ ਤਰ੍ਹਾਂ ਜ਼ਹਿਰ ਖਾ ਲੇ ਕਿਸੇ ਨੂੰ ਫਾਂਸੀ ਲੈ ਲਈ ਆ ਕੁਝ ਵੀ ਆ ਰੁਕਤਾ ਨਾ ਬਿਲਕੁਲ ਗਲਤ ਆ ਬਾਈ ਆਪਣੀ ਜਿੰਦ ਇਹ ਤਾਂ ਜ਼ਿੰਦਗੀ ਆ ਜਿਸ ਕੇ ਨਸੀਬ ਭਗਵਾਨ ਨੇ ਲਿਖ ਰੱਖੇ ਨਾ ਉਹ ਮਿਲ ਜਾਗਾ ਹਮਨੇ ਤੋ ਕਿਸੇ ਪਿੱਛਾ ਯੂੰ ਰੋਕਾ ਕੋਈ ਫਾਇਦਾ ਨਹੀਂ ਆ ਸਹੀ ਆ ਬਾਤ ਆ ਹਾਂ ਬਾਈ ਆਪਣੀ ਲਾਈਫ ਕੋਈ ਆਸਾ ਕਿੱਸਾ ਬਈ ਕਿੱਸਾ ਤਾਂ ਆਪਣਾ ਸਾਦੇ ਬਾਬਾ ਨੇ ਸ਼ੁਰੂ ਸ਼ੁਰੂ ਕਰ ਦਿੱਤੀ ਸਾਇਰੀ ਗਾਣੀ ਤੋ ਆਪਣੇ 1-2 ਮਹੀਨੇ ਵਿੱਚ 600 ਫਲੋਅਰ ਹੋ ਗਏ ਤੇ 600 ਫਲੋਅਰ ਹੋਣ ਕੇ ਬਾਅਦ ਪਤਾ ਨਹੀਂ ਕੀ ਹੋਇਆ ਆਈਡੀ ਮਾ ਰੁਕ ਗਿਆ ਆਈਡੀ ਵਹੀਂ ਰੀਚ ਡਾਊਨ ਆ ਗਈ ਇੱਕਦਮ ਤੋ ਲੋਕ ਤੋ ਜੱਕਤ ਜੋ ਆਪ ਮਾਰੇ ਗੇਲ ਕੇ ਥੇ ਵੇ ਇਹ ਕਹਿਣ ਲੱਗੇ ਇਸਕੇ ਤੋ ਫੇਕ ਫਲੋਅਰ ਥੇ ਫਲਾਣਾ ਸਾਡੀ ਮੁਕਾ ਤਾ ਪਤਾ ਨਹੀਂ ਕੀ ਕੀ ਬੋਲਣ ਲੱਗੇ ਬਈ ਇਸਕੇ ਬਸ ਕਾ ਕੁਝ ਨਹੀਂ ਆਇਆ ਕੁਝ ਨਹੀਂ ਕਰ ਸਕਦਾ ਪਰ ਲੇਕਿਨ ਮੇਨ ਬਾਤ ਥੀ ਮਨਾ ਮਾਨਤ ਨਹੀਂ ਛੁੱਟੀ ਚਲਦਾ ਰਹਾ ਚਲਦਾ ਰਹਾ ਮਾ ਕਦੀ ਤੋ ਹੋਏਗਾ ਕਦੀ ਤੋ ਹੋਏਗਾ 2 ਸਾਲ ਬਾਅਦ ਆਈਡੀ ਉਠੀ दो साल ने एक ही साल होया था उसके बाद आईडी उठ गई थी फिर बड़े चलन लग गए मिलियन और आने लग गए तो अपना तो यही है भाई सब देख की बात करना चाहेंगे मेहनत करो मेहनत करोगे सब कुछ मिलेगा नहीं कुछ नहीं है भाई है भाई भाई सही बात है है लास्ट लास्ट में में कहना जो वीडियो देख बस तो यह अपना जो भी है भाई अपना बस अपनी लाइफ कहना लाइफ ना किसी के पीछा खराब ना करो भाई बात यू है जितना हो सके तो अपने माँ बाप ने टाइम दो भाई ठीक है और माँ बाप गए टाइम बिताओ बस ठीक है बाकी भाई शायरी लिख रखी मना देखो उसके ऊपर तो भाई मैं शायरी बोलना चाहूंगा दे होश ना मरता जो भी आखिरी बोल अपने जो भी उसके वर्ड थे मना वो लिख करके पूरे जज्बात है भाई देख ठीक आन है आने दे कुल कान दे मेरे भाई के ये चार लाइन उस खातिर जिस ना मैं जानता ज्यादा चाहया करता और वो मेरी है मैं उसका हूं ये बात महफिल में बैठ मैं अपने दोस्तों ने बताया करता ਅਰ ਜਤਾਵੈ ਥੀ ਅਕ ਮੇਰੇ ਪੈ ਬਹੁਤ ਗਣਾ ਮੈਂ ਵੀ ਉਸ ਪੈ ਆਪਣਾ ਕੇ ਜਤਾਇਆ ਕਰਦਾ ਫਿਰ ਅਚਾਨਕ ਉਸਕੇ ਘਰ ਆਏ ਇੱਕ ਦਿਨ ਐਸੀ ਬਾਤ ਹੋਈ ਜਿਸ ਤਮਾਰੇ ਵਿੱਚ ਮੈਂ ਗਣੀਏ ਦੂਰੀ ਹੋਗੀ ਅਰ ਆਖਰੀ ਬਾਰ ਆਈ ਥੀ ਮੇਰੇ ਤੇ ਮਿਲਣ ਵਾ ਹੱਥ ਜੋੜ ਕੇ ਮੇਰੇ ਪੈਰਾ ਮੈਂ ਗਿਰ ਗਈ ਅਰ ਬੋਲੀ ਯਾਰ ਹੋ ਸਕਾ ਤੁਮਨੇ ਮਾਫ ਕਰ دیਏ ਮੈਂ ਤੇਰੀ ਨਾ ਹੋ ਸਕਤੀ ਅਰ ਕਿਸੇ ਹੋਰ ਦਾ ਵਿਆਹ ਕਰਨਾ ਮੇਰੀ ਮਰਜ਼ੀ ਨਹੀਂ ਮਜਬੂਰੀ ਹੋਗੀ ਮਜਬੂਰੀ ਹੋਗੀ ਤੋ ਭਾਈ ਈਸੀ ਕੇ ਉਸਮੈਂ ਉਸਨੇ ਮਜਬੂਰੀ ਕੇ ਉਪਰ ਬੋਲਿਆ ਥਾ ਤੋ ਭਾਈ ਮਨੇ ਏਕ ਈਸੀ ਕੇ ਉਸਮੈਂ ਲਿਖੀ ਥੀ ਕਿੱਤਰੇ ਜਾਏ ਬਾਦ ਮੈਂ ਰੋਇਆ ਬਹੁਤ ਚਾਹ ਕਾ ਵੀ ਮੈਂ ਅਸ ਨਾ ਪਾਇਆ ਔਰ ਤੇਨਾ ਛੋੜ ਕੇ ਨਾ ਮੇਰਾ ਹੱਥ ਕਿਸੇ ਔਰ ਗੇਲ ਆਪਣਾ ਘਰ ਬਸਾ ਲਿਆ ਪਰ ਤੇਰੇ ਕਹਿਣ ਕੇ باوجود ਵੀ ਮੈਂ ਕਿਸੇ ਔਰ ਗੇਲ ਬਸ ਨਾ ਪਾਇਆ ਔਰ ਮੇਰੇ ਤਾਂ ਦੂਰ ਹੋ ਗਏ ਤੂੰ ਕਿਤਨੀ ਖੁਸ਼ ਰਹ ਸਕਾ ਹੈ ਯਾਰ ਮਨੇ ਸਭ ਕੈਈ ਕਾਬੇਰਾ ਹੈ ਔਰ ਬੇਸਕਤ ਤਾ ਤੂੰ ਸਾਤ ਵਚਨਾ ਮੇਂ ਬੰਦਗਾ ਅਜ ਕਿਸੇ ਔਰ ਕੀ ਹੋਗੀ ਮੇਰੀ ਜਾਨ ਪਰ ਯੂ ਤੇਰਾ ਸੈਲੀ ਅਜ ਵੀ ਸਿਰਫ ਤੇਰਾ ਹੈ ਤੇਰਾ ਵਾਰਾ ਵਾ ਚੋਰੇ ਖਤਰਨਾਕ ਭਾਈ ਆਗ ਲੱਗਦੀ ਛੋਰੇ ਨਾ ਅੱਛਾ ਜੀ ਲਾਸਟ ਮੈਂ ਕੀ ਕਹਿਣਾ ਚਾਹੂਗਾ ਦਰਸ਼ਕੋ ਬਸ last ਮੈਂ ਉਹੀ ਬਾਈ ਕਿਤਨੇ ਹੀ ਅੱਗੇ ਚਲੇ ਜਾਓ ਆਪਣੀ life ਮਾ ਪਰ ਕਦੀ ਵੀ ਬੰਦੇ ਕੇ ਅੰਦਰ attitude ਨੀ ਆਣਾ ਚਾਹੀਦਾ ਕਿਉਂਕਿ ਆਜ ਜੋ ਕੁਛ ਵੀ ਆਪ ਬਣ ਰਹੇ ਜੋ ਸਿਰਫ public ਕੇ ਬਦੋਲਤ ਹੀ ਆ ਤੋਂ ਆਪ attitude ਮਾ ਰਹਿਣ ਲੱਗ ਜਾ ਤੋਂ ਇਹ ਗਲਤ ਬਾਤ ਆ ਜੀ attitude ਨੀ ਆਣਾ ਚਾਹੀਦਾ ਬੰਦੇ ਨੂੰ ਬਾਕੀ ਆਪਣੀ ਇੱਕ line ਕੇ ਜਜਬਾਤ ਆ ਹਾਂ ਸ਼ਾਇਰੀ ਤਾਂ ਹੈ ਨੀ ਆਇਓ ਬਸ ਕੋਈ ਹੈ ਕੇ ਹਰ ਮੰਦਿਰ ਮਸਜਿਦ ਮਾ ਤੇ ਹਮ ਖਾਲੀ ਹੱਥ ਲੋਟ ਆਏ ਵਿਛੜਨੇ ਵਾਲੇ ਤੇਰਾ ਇਰਾਦਾ ਬਹੁਤ ਪੱਕਾ ਥਾ हाँ भाई लास्ट में भाई आप तो एक ही बात कहेंगे पैसा कमाओ जमकर जितना कमाया जाओ भाई कोई चक्कर नहीं है पैसा है सब कुछ है नहीं कुछ नहीं है भाई दुनिया में सही है बात है बात ये छोरा भाई टैक का मरेगा पैसों के चक्कर बात <laughs> बेशक मर जा यार कोई चक्कर नहीं आया कमा का मरेंगे यहां दे गरीबी में बचपन चला गया कोई बात नहीं जवानी अमीर में हो ही मरेंगे और यार भी मेरा दावा है बुढ़ापे में मर दे आप मरेंगे जवानी भाई सही है बात है ਤੋ ਠੀਕ ਹੈ ਭਾਈ ਸਾਰਿਆਂ ਨੇ ਰਾਮ ਰਾਮ ਭਾਈ ਇੰਟਰਵਿਊ ਆਤਸਾ ਲੱਗਾ ਤੋ ਭਾਈ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਲਿਓ ਔਰ ਚੈਨਲ ਨਾ ਸਬਸਕ੍ਰਾਈਬ ਕਰ ਲਿਓ ਤੋ ਠੀਕ ਹੈ ਜੀ ਸਾਰਿਆਂ ਨਾ ਰਾਮ ਰਾਮ